ਸਾਡੀ ਬੋਸ ਹੁਣ ਤੱਕ ਕਿਸੇ ਦਾ ਘਰ ਟੁੱਟਦਾ ਟੁੱਟਦਾ ਮੈਂ ਬਚਾਇਆ, ਮੈਨੂੰ ਪਤਾ ਕਿਵੇਂ ਬਚਾਇਆ, ਤੂੰ ਉਹ ਕੁੜੀ ਨੂੰ ਟ੍ਰੋਲ ਕੀਤਾ ਉਹ ਮਾਂ ਚੋਦੀ ਤੇ ਤੇਰੀ ਮਾਂ ਹੁਣ ਮੈਂ ਚੋਦੂ, ਤੂੰ ਦੇਖੀ ਚੱਲ ਤੇਰੇ ਨਾਲ ਬਣਦਾ ਕੀ ਆ। ਇਹ ਗੇਮ ਤੇਰੇ ਤੋਂ ਸ਼ੁਰੂ ਹੋਈ ਸੀ ਨਾ, ਮੇਰੇ ਤੇ ਆ ਕੇ ਮੁੱਕੂਗੀ ਹੁਣ। ਤੇਰੇ ਭੈਣ ਦੀ ਲੋੜੀ ਜੁੱਤੀ ਜਦੋਂ ਤੱਕ ਨਾ ਫੇਰੀ ਉਦੋਂ ਤੱਕ ਨਹੀਂ ਚੁੱਪ ਕਰਦਾ। ਤੇਰੇ ਵਰਗੀ ਆ ਭੈਣ ਦੀ ਲੋੜੀ, ਪਹਿਲਾਂ ਵੀ ਉਹ ਰੇਪ ਦਾ ਕੇਸ ਪਵਾਇਆ, ਰੇਪ ਦਾ ਕੇਸ ਪਵਾਇਆ, ਸਾਰੀ ਗੱਲਬਾਤ ਕਰਕੇ ਲਾਸਟ ਦੇ ਵਿੱਚ ਆ ਕੇ ਐਂਡ ਤੇ ਜੁੱਤੀਆਂ ਖਾ ਕੇ ਚੁੱਪ ਕਰਕੇ ਬੈਠੀ, ਤੇ ਤੇਰਾ ਵੀ ਉਹੀ ਹਾਲ ਕਰੂੰ। ਭੈਣ ਦੀ ਲੋੜੀਏ ਤੂੰ ਗੰਢ ਲੈ, ਭੋਸੜੀ ਦੀ ਵੱਡੀ ਗਾਂਢ ਵਾਲੀਏ, ਤੇਰੀ ਗਾਂਢ ਐਡੀ ਆ ਭੈਣ ਦੀ ਲੋੜੀਏ, ਪਿੱਛੇ ਟਰਾਲੀ ਪਾ ਲਈਏ। ਹਟ ਤੇਰੀ ਭੈਣ ਦਾ ਫੁੱਦਾ ਤੇਰੀ ਦਾ ਆ ਦੇ। ਭੈਣ ਦੀ ਲੋੜੀ ਸਾਨੂੰ 77 ਦੀ ਲੜਾਈ ਜਿੱਤ ਕੇ ਆਈ ਹੁੰਦੀ, ਅਖੇ ਜੀ ਮੈਂ ਸੁਖਰਤੀ ਦੀ ਫੈਮਿਲੀ ਦਾ ਨੰਬਰ ਪਾਤਾ। ਭੋਸੜੀ ਉਹ ਜੀ ਉਹ ਜਿਹੜੀ ਤਰ੍ਹਾਂ ਇੰਟਰਵਿਊ ਲੈ ਰਹੀ ਆ ਉਹ ਜੀ ਕਲੰਨ ਦਿਮਾਗ ਦੀ ਉਹ ਭੈਣ ਚੋ ਵੀ ਹਾਂਜੀ ਹਾਂਜੀ ਤੁਸੀਂ ਸੁਖਰੇ ਦੀ ਫੈਮਿਲੀ ਨੰਬਰ ਪਾਤਾ, ਉਹ ਵਾਹ ਜੀ ਵਾਹ, ਹੈ ਤੇਰੀ ਮਾਂ ਦਾ ਫੁੱਦਾ ਦੇਖੀ। ਸ਼ੁਰੂਆਤ ਕਿਸੇ ਨੇ ਨੀ ਕੀਤੀ, ਨੰਬਰ ਪਹਿਲਾਂ ਤੂੰ ਪਾਏ, ਫੈਮਿਲੀ ਦੇ ਨੰਬਰ ਪਾਏ, ਫੈਮਿਲੀ ਤੱਕ ਨੂੰ ਟ੍ਰੋਲ ਕੀਤਾ, ਮੈਂ ਤਾਂ ਵੀ ਨੀ ਬੋਲਿਆ ਚੁੱਪ। ਤੂੰ ਮੇਰੀ ਮਾਂ ਨੂੰ ਗਸਤੋੜ ਤੱਕ ਕਿਹਾ, ਭੈਣ ਨੂੰ ਬਹੁਤ ਪੁੱਠਾ ਸਿੱਧਾ ਬੋਲੀ, ਭੈਣ ਦੀ ਲੋੜੀਏ ਇੱਜ਼ਤ ਮਾਣ ਵਾਲੇ ਸੀ ਅਸੀਂ, ਇੱਜ਼ਤ ਮਾਣ ਵਾਲੇ ਚੁੱਪ ਕਰਕੇ ਬੈਠਾ ਸੀ, ਪਰ ਤੂੰ ਨਜਾਇਜ਼ ਬੋਲੀ ਤੇ ਹੁਣ ਮੈਂ ਤੇਰੇ ਤੇ ਨਜਾਇਜ਼ ਬੋਲਣ ਆਇਆ। ਮੈਂ ਬੋਲੂੰਗਾ ਪੂਰਾ ਆਪਦਾ ਹਿੱਕ ਦਾ ਜ਼ੋਰ ਲਾ ਕੇ ਬੋਲੂੰਗਾ, ਜਦੋਂ ਤੱਕ ਭੈਣ ਦੀ ਲੋੜੀਏ ਤੇਰੀ ਮਾਂ ਨਹੀਂ ਚੋਦਦਾ ਨਾ ਸ਼ਯਾਮ ਕਹਿੰਦਾ ਮੈਂ ਬੋਲੂੰਗਾ। ਜਿਹੜੇ ਤੇਰੇ ਵੀਰ ਭਰਾ ਨੇ ਜਿੰਨੇ ਤੇਰੇ ਨਾਲ ਨੇ ਸਾਰਿਆਂ ਨੂੰ ਲੈ ਕੇ ਆ ਜੀ, ਭੈਣ ਦੀ ਲੋੜੀਏ ਇਕੱਲੇ ਇਕੱਲੇ ਦੇ ਨਾਂ ਕੋਡਾ ਕਰਕੇ ਮੁਜਰਾ ਕਰਾਇਆ, ਤੇਰੀ ਮਾਂ ਚੋਦੂ ਜਦੋਂ ਤੱਕ ਅੱਜ ਸਾਰੀ ਰਾਤ ਤੈਨੂੰ ਚੋਦੂ, ਜਿਵੇਂ ਭੈਣ ਦੀ ਲੋੜੀਏ ਮੇਰੇ ਥੱਲੇ ਪਈ ਹੁੰਦੀ ਸੀ ਨਾ, ਸਾਰੀ ਰਾਤ ਫਲੈਟ 'ਚ ਤੈਨੂੰ ਚੋਦਦਾ ਸੀ, ਉਵੇਂ ਅੱਜ ਸਾਰੀ ਰਾਤ ਉਹ ਚੇਤੇ ਕਰ ਲਾ, ਅੱਜ ਸਾਰੀ ਰਾਤ ਮੈਂ ਤੇਰੇ ਤੇ ਟਪਾਊਂਗਾ, ਤੂੰ ਆ ਜਾ ਭੈਣ ਦੀ ਲੋੜੀਏ ਹੁਣ। ਭੈਣ ਦੀ ਲੋੜੀ ਆ ਥੁੱਕ ਲਿਆ ਕਰ ਜਿਹੜਾ ਮੂੰਹ ਚ ਪਾਣ ਪੂਣ ਪਾ ਕੇ ਬੈਠੀ ਆ, ਚੋਲੀ ਜਾਣ ਦੀ ਮੁਸ਼ਕੀ ਹੋਈ ਯਾਰ ਤੂੰ ਭੈਣ ਚ ਤੇਰਾ ਇੰਟਰਵਿਊ ਯਾਰ ਮੈਂ ਤਾਂ ਸਮਝ ਨੀ ਆ ਰਹੀ ਬਾਬਾ, ਦੁਨੀਆਂ ਤੇ ਚੱਲ ਕੀ ਰਿਹਾ, ਤੇਰੇ ਵਰਗੀਆਂ ਬਲਾਵਾਂ ਵੀ ਆ ਗਈਆਂ, ਤੇਰੇ ਵਰਗੀਆਂ ਆਈਟਮਾਂ ਵੀ ਇੰਟਰਵਿਊ ਦੇਣਗੀਆਂ, ਭੈਣ ਚੋ ਉਹੋ ਜਿਹੇ ਇੰਟਰਵਿਊ ਲੈਣ ਵਾਲੇ ਜਿਹੜੇ ਤੇਰੇ ਵਰਗੀ ਗੱਲ ਦਾ ਇੰਟਰਵਿਊ ਲੈਣੇ, ਆ ਇੰਟਰਵਿਊ ਦੇਖ ਕੇ ਹਾਂਜੀ ਮਨਜੀਤ ਕੌਰ ਜੀ ਤੁਸੀਂ ਫੁੱਦੀ ਮਰਾਈ ਆ, ਮਹਾਨ ਕੰਮ ਕੀਤਾ ਤੁਸੀਂ ਅੱਜ ਸਾਡੇ ਲਾਈਵ ਦੇ ਵਿੱਚ ਆ ਕੇ ਦੱਸ ਰਹੇ ਹੋ ਵੀ ਤੁਸੀਂ ਕਿਵੇਂ ਫੁੱਦੀ ਮਰਾਏ। ਅੱਗੇ ਸੁੱਖ ਰਤੀਆਂ ਨੇ ਜੀ ਮੇਰੀ ਫੁੱਦੀ ਮਾਰੀ, ਲੱਤਾਂ ਚੱਕੀਆਂ ਪਹਿਲਾਂ, ਫਿਰ ਮੇਰੀ ਕੋਡੀ ਕਰਾ ਲਿਆ, ਫਿਰ ਮੇਰੀ ਇੱਕ ਲੱਤ ਚੱਕੀ ਸਾਈਡ 'ਤੇ, ਫਿਰ ਮੇਰੇ ਮੂੰਹ 'ਚ ਪਾਤਾ, ਫਿਰ ਮੇਰੀ ਬੁੰਡ 'ਚ ਪਾਤਾ, ਬੜੀ ਬਹਾਦਰੀ ਵਾਲੀ ਗੱਲ, ਭੈਣ ਦੀ ਲੋੜੀਆਂ ਦੇ ਇੰਟਰਵਿਊ 'ਚ ਮਾਂ 'ਚ ਦੌੜ ਜਾਂਦੀਆਂ, ਗਸਤੋੜ ਖਾਨਾ ਕਰ ਐਡੀ ਜੇ ਚੱਜ ਦੀ ਹੁੰਦੀ ਨਾ ਤੂੰ, ਜੇ ਤੈਨੂੰ ਮੈਂ ਵਿਆਹ ਦਾ ਲਾਰਾ ਲਾਇਆ ਹੁੰਦਾ, ਤੈਨੂੰ ਮੈਂ ਮਿੱਠੀਆਂ ਗੋਲੀਆਂ ਦਿੱਤੀਆਂ ਹੁੰਦੀਆਂ, ਚਾਰ ਸਿਆਣੇ ਬੰਦੇ ਲੈ ਕੇ ਸਾਡੇ ਘਰੇ ਆਉਂਦੀ, ਪਰਿਵਾਰ ਨਾਲ ਗੱਲ ਕਰਦੀ, ਜੀ ਅਖੇ ਤੁਹਾਡੇ ਮੁੰਡੇ ਨੇ ਆਹ ਕੰਮ ਕੀਤਾ ਮੇਰੇ ਨਾਲ, ਅਤੇ ਤੁਸੀਂ ਦੱਸੋ ਵੀ ਮੈਂ ਹੁਣ ਕੀ ਕਰਾਂ। ਸਾਡਾ ਪਰਿਵਾਰ ਜੇ ਤੈਅ ਕਰਦਾ ਮੈਨੂੰ ਕਹਿੰਦਾ ਵੀ ਤੂੰ ਇਹ ਗਲਤ ਕੀਤਾ ਕੁੜੀ ਨਾਲ ਵਿਆਹ ਕਰਾ, ਮੈਂ ਕਰਾਉਂਦਾ, ਪਰ ਤੂੰ ਝੂਠੀਆਂ ਅਫਵਾਹਾਂ ਡਾਈਆਂ ਵੀ ਸੁਖਰਤੀ ਨੇ ਮੈਨੂੰ ਵਿਆਹ ਦਾ ਲਾਰਾ ਲਾਇਆ, ਮੇਰੇ ਨਾਲ ਫਿਜ਼ੀਕਲ ਹੋਇਆ, ਫਲਾਨਾ ਹੋਇਆ, ਟੀਮਕਾ ਹੋਇਆ। ਤੂੰ ਭੈਣ ਦੀ ਲੋੜੀਏ ਪਹਿਲਾਂ ਉਹਦੀ ਭੋਸੜੀ ਦਿੰਦੀ ਰਹੀ, ਮੈਂ ਲੈਂਦਾ ਰਿਹਾ, ਤੂੰ ਮੇਰੇ ਥੱਲੇ ਪੈਂਦੀ ਰਹੀ, ਮੈਂ ਪਾਉਂਦਾ ਰਿਹਾ, ਤੂੰ ਨਾ ਦਿੰਦੀ ਅਤੇ ਮੈਂ ਨਾ ਲੈਂਦਾ, ਤੂੰ ਨਾ ਪੈਂਦੀ ਅਤੇ ਨਾ ਮੈਂ ਪਾਉਂਦਾ, ਤੂੰ ਦਿੱਤੀ ਮੈਂ ਲਈ, ਅਤੇ ਹੁਣ ਭੈਣ ਦੀ ਲੋੜੀਏ ਤੂੰ ਇਹ ਗੱਲ ਕਹਿ ਰਹੀ ਵੀ ਸੁਖਰਤੀ ਨੇ ਮੈਨੂੰ ਵਿਆਹ ਦਾ ਲਾਰਾ ਲਾ ਕੇ ਛੱਡਤਾ, ਹੁਣ ਤੇਰੀ ਕੋਈ ਭੋਸੜੀ ਲੈਂਦਾ ਨਹੀਂ ਗਾ, ਤੈਨੂੰ ਉਹ ਸਵਾਦ ਨਹੀਂ ਆਉਂਦਾ, ਤੇਰੇ ਗੁੱਲਾਂ ਨਹੀਂ ਕੋਈ ਫੇਰਦਾ, ਅਤੇ ਤਾਂ ਕਰਕੇ ਤੈਨੂੰ ਸੁਖਰਤੀਆ ਮਾੜਾ ਲੱਗ ਰਿਹਾ। ਤੂੰ ਭੈਣ ਦੀ ਲੋੜੀਏ
ਹੱਥ ਲਾ ਲਾ ਵੇਖੇਗੀ, ਹੱਥ ਲਾ ਲਾ ਵੇਖੇਗੀ ਪਾਣੀ ਕਿਹੜੇ ਰਾਹ ਆ ਰਿਹਾ। ਖੜ ਤੇਰੀ ਭੈਣ ਦਾ ਫੁੱਦਾ। ਸ਼ੁਰੂਆਤ ਲਾਈਫ ਦੇ ਵਿੱਚ ਜਦੋਂ ਆਪਾਂ ਬੋਲਦੇ ਹਾਂ ਇੱਕ ਉਹਨਾਂ ਨੂੰ ਸੁੱਖ ਰਤੀ ਨੂੰ ਇਹ ਵਹਿਮ ਸੀਗਾ ਕਿ ਮੈਂ ਬੋਂਬੇ ਚਲੇ ਜਾਊਂਗਾ, ਮੇਰਾ ਕੁਛ ਨਹੀਂ ਪਤਾ ਲੱਗਣਾ। ਤੁਹਾਨੂੰ ਪਤਾ ਜੇ ਕੋਈ ਆਪਦੀ ਕੁੜੀ ਜਾਂ ਕੁੜੀ ਨਾਲੋਂ ਚਾਹੇ ਮੁੰਡਾ ਨਾਲੋਂ ਜੇ ਕੋਈ ਆਪਦੀ ਆਈ ਤੇ ਆਏ ਨਾ, ਭਾਵੇਂ ਪਤਾਲ ਚ ਹੋਵੇ ਬੰਦਾ ਉੱਥੋਂ ਕੱਢ ਲਿਆਂਦਾ ਹੈ। ਹੁਣ ਇਹ ਗੱਲ ਯਾਦ ਕਰ ਲਾ, ਮਨਜੀਤ ਕੌਰ ਜੀ ਉਰਫ ਮਿਲਕੀ, ਮਨਜੀਤ ਕੌਰ ਜੀ ਉਰਫ ਮਿਲਕੀ ਵੈਸ ਨੰਨਾ, ਨੰਨੂ ਜੀ ਇਹ ਗੱਲ ਯਾਦ ਕਰੋ, ਤੁਸੀਂ ਇਹ ਗੱਲ ਕਹੀ ਆ ਵੀ ਕੁੜੀ ਹੋਵੇ ਜਾਂ ਮੁੰਡਾ ਜਦੋਂ ਆਪਦੀ ਆਈ ਤੇ ਆਵੇ ਪਤਾਲ ਚੋਂ ਕੱਢ ਲਿਆਉਂਦਾ, ਤੇ ਹੁਣ ਤੇਰੀ ਆਈ ਖਤਮ ਹੋ ਗਈ, ਮੇਰੀ ਆਈ ਆ, ਹੁਣ ਤੈਨੂੰ ਮੈਂ ਕੱਢ ਕੇ ਦਿਖਾਊਂਗਾ ਵੀ ਕੀ ਕਿਵੇਂ ਕਿਉਂ ਕਾਤੋਂ ਕਿੱਥੇ ਕੀ ਕੱਢੀ ਦਾ। ਆ ਜਾ ਹੁਣ ਜਿੱਥੇ ਜਿਹੜੇ ਰਾਹ ਤੂੰ ਫਿਰਦੀਆਂ ਨਾ ਗੁੱਡੀ, ਜਿਹੜੇ ਰਾਹ ਫਿਰਦੀਆਂ ਉਹ ਰਾਹ ਮੈਂ ਕਦੋਂ ਦੇ ਉਹ ਰਾਹਾਂ ਤੋਂ ਮੈਂ ਤੁਰ ਕੇ ਆ ਗਿਆ, ਠੀਕ ਆ। ਜਿਹੜੇ ਖੰਡਰਾਂ 'ਚ ਫਿਰਦੀਆਂ ਨਾ ਹੱਥ ਮਾਰਦੀ ਖੁੱਡਾਂ 'ਚ ਫਿਰਦੀਆਂ, ਭੈਣ ਦੀ ਇਹ ਲੋੜੀਏ, ਉਹ ਸਾਡੀਆਂ ਖੁੱਡਾਂ ਪੱਟੀਆਂ ਹੋਈਆਂ ਨੇ ਜਿਹੜੇ ਖੁੱਡਾਂ 'ਚ ਫਿਰਦੀਆਂ। ਮਿੰਟ ਮੈਂ ਤਾਂ ਇਹ ਵੀ